ਤਾਂ ਸਾਰੀ ਇੰਡਸਟਰੀ ਚੁੱਪ ਹੈ, ਚੜ੍ਹ ਕੇ ਇੱਕ ਨੂੰ ਕਤਲ ਕਰ। ਉਹਨਾਂ 'ਚੋਂ ਦੋ ਆਰਟਿਸਟ ਨੇ ਕੋਸ਼ਿਸ਼ ਕੀਤੀ ਸਿੱਧੂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ, ਯਕੀਨ ਕਰੋ ਦੋਵੇਂ ਕੁੜੀਆਂ ਨੇ। ਅਸੀਂ ਕਿਵੇਂ ਰਾਤ ਨੂੰ ਪਿਲਟੀ ਕਰਕੇ ਉੱਠ ਕੇ ਰੋਂਦੇ ਹਾਂ, ਉਹਨੇ ਸਾਡੇ ਇੱਥੋਂ ਦੇ ਮੰਜ਼ਰ ਨੂੰ ਬਖੂਬੀ ਸਾਡੇ ਵਿੱਚ ਰਹਿ ਕੇ ਖੰਡਾਇਆ, ਮਹਿਸੂਸ ਕੀਤਾ, ਆਪਣੇ ਕਾਗਜ਼ ਤੇ ਹੱਥ ਰੱਖ ਕੇ ਜੇ ਉਹਨੇ ਚਾਰ ਬੋਲ ਲਿਖ ਦਿੱਤੇ ਤਾਂ ਸਰਕਾਰ ਦੀ ਸੁਣਨੇ ਔਖੇ ਹੋ ਗਏ। ਸਾਡੇ ਵਿਹੜੇ ਬੈਣ ਨੇ, ਸਾਡੇ ਵਿਹੜੇ ਪਿੱਟਣੇ ਨੇ, ਇਹ ਆਵਾਜ਼ਾਂ ਤਾਂ ਤੁਹਾਡੇ ਤੱਕ ਪਹੁੰਚਣਗੀਆਂ। ਜੇ ਕੋਈ ਅੱਜ ਸਾਡੇ ਹੱਕ ਦੇ ਵਿੱਚ ਹਾਰਾ ਨਾਰਾ ਮਾਰਦਾ ਹੈ, ਉਹਨੂੰ ਵੀ ਪਰਚੇ ਦੀਆਂ ਧਮਕੀਆਂ ਨੇ। ਕੁੜੀ ਦੇ ਪਰਚੇ ਕਰ ਦਿਓ ਦੱਸ, ਪਰ ਸਾਡਾ ਨਾਂ ਦੋਨਾਂ ਦਾ ਮੀਆਂ ਬੀਬੀ ਦਾ ਵਿੱਚ ਲਾਜ਼ਮੀ ਪਾ ਦਿਓ, ਅਸੀਂ ਜੇਲ੍ਹ ਦੇ ਵਿੱਚੋਂ ਕੁੜੀ ਦੇ ਨਾਲ ਬੈਠੇ। ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਿੱਧੂ ਦੇ ਜਾਣ ਨਾਲ, ਫਰਕ ਪੈਂਦਾ ਸਾਨੂੰ ਪੈਂਦਾ। ਚਾਰ ਮਹੀਨੇ ਹੋ ਗਏ, ਮੈਂ ਇੰਨਾ ਬੋਲਣਾ ਨਹੀਂ ਚਾਹੁੰਦਾ ਸੀ, ਪਰ ਮੈਂ ਗੌਰਮੈਂਟ ਦੇ ਵਤੀਰੇ ਤੋਂ ਅੱਟ ਕੇ ਬੋਲਿਆ, ਜੇ ਲੋੜ ਪਈ ਤਾਂ ਫਿਰ ਮੈਂ ਇਹਨੂੰ ਸਖ਼ਤ ਕਦਮ ਵੀ ਲੈ ਕੇ ਦਿਖਾਊਂਗਾ। ਸਰਕਾਰੇ ਕਮਜ਼ੋਰ ਨਾ ਮੰਨ ਲਈ, ਜਿੰਨਾ ਚਿਰ ਜਿਉਂਦੇ ਹੈ ਇੰਨਾ ਚਿਰ ਸਿੱਧੂ ਦਾ ਖੂਨ ਇਹਨਾਂ ਰਗਾਂ 'ਚ ਚੱਲਦਾ ਹੈ, ਦਬਣਾ ਤੋਂ ਨਹੀਂ ਹੈ। ਦੂਰ ਦੁਰਾਡੇ ਇਲਾਕਿਆਂ 'ਚੋਂ ਪਹੁੰਚੀ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਮੈਂ ਗੈਰ ਹਾਜ਼ਰ ਸੀ, ਪੂਰੀ ਤਬੀਅਤ ਨੇ ਸਾਫ ਨਹੀਂ ਦਿੱਤਾ ਸੀ, ਅਤੇ ਮਾਤਰੀ ਕਿਰਪਾ ਨਾਲ ਹੁਣ ਆਪਾਂ ਆਪਦੀ ਜਗ੍ਹਾ 'ਤੇ ਪਹੁੰਚੇ ਹਾਂ। ਫਿਰ ਤੋਂ ਮੇਰਾ ਪਲੱਸ ਨਕਸ਼ ਦਾ ਕੰਮ ਹੈ, ਉਹ ਦੁਬਾਰੇ ਵਧਾਂਗੇ, ਚੱਲ ਹੀ ਰਿਹਾ ਪਹਿਲਾਂ ਤਾਂ, ਪਰ ਮੈਂ ਸਮਝਦਾ ਸੀ ਮੇਰੀ ਗੈਰ ਹਾਜ਼ਰੀ ਨਾਲ ਥੋੜ੍ਹਾ ਜਿਹਾ ਪ੍ਰਭਾਵਿਤ ਹੋ ਰਿਹਾ। ਵਾਹਿਗੁਰੂ ਕਿਰਪਾ ਕਰਨ, ਆਪਾਂ ਪੂਰੀ ਸ਼ਕਤੀ ਨਾਲ, ਦਲੇਰੀ ਨਾਲ, ਦ੍ਰਿੜਤਾ ਨਾਲ ਇਹਨੂੰ ਅੱਗੇ ਤੋਰ। ਪਰ ਵੀਰੋ, ਜਿੱਥੋਂ ਤੱਕ ਮੈਂ ਪੰਜਾਬੀ ਇੰਡਸਟਰੀ ਦੀ ਗੱਲ ਕਰਾਂ, ਮੈਂ ਦੋ ਹੀ ਗੱਲਾਂ ਕਰਨੀ, ਮੈਂ ਜ਼ਿਆਦਾ ਬੋਲਣਾ ਨਹੀਂ ਹੈ। ਤਾਂ ਸਾਰੀ ਇੰਡਸਟਰੀ ਚੁੱਪ ਹੈ, ਚੜ੍ਹ ਕੇ ਇੱਕ ਨੂੰ ਕਤਲ ਕਰ। ਉਹਨਾਂ 'ਚੋਂ ਦੋ ਆਰਟਿਸਟ ਨੇ ਕੋਸ਼ਿਸ਼ ਕੀਤੀ ਸਿੱਧੂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ, ਯਕੀਨ ਕਰੋ ਦੋਵੇਂ ਕੁੜੀਆਂ ਨੇ। ਔਰ ਉਹਨੇ ਕੁੜੀ ਨੇ ਕੋਈ ਸੌਂਗ ਗਾਇਆ, ਲੈਟਰ ਤੁਲਸੀ ਹੈ, ਉਹ ਇੱਥੇ ਆਈ ਹੈ, ਉਹਨੇ ਸਾਡੇ ਦੁੱਖ ਦਰਦ ਨੂੰ ਸਮਝਿਆ। ਅਸੀਂ ਕਿਵੇਂ ਰਾਤ ਨੂੰ ਪਿਲਟੀ ਕਰਕੇ ਉੱਠ ਕੇ ਰੋਂਦੇ ਹਾਂ, ਉਹਨੇ ਸਾਡੇ ਇੱਥੋਂ ਦੇ ਮੰਜ਼ਰ ਨੂੰ ਬਖੂਬੀ ਸਾਡੇ ਵਿੱਚ ਰਹਿ ਕੇ ਖੰਡਾਇਆ, ਮਹਿਸੂਸ ਕੀਤਾ, ਆਪਣੇ ਕਾਗਜ਼ ਤੇ ਹੱਥ ਰੱਖ ਕੇ ਜੇ ਉਹਨੇ ਚਾਰ ਬੋਲ ਲਿਖ ਦਿੱਤੇ ਤਾਂ ਸਰਕਾਰ ਦੀ ਸੁਣਨੇ ਔਖੇ ਹੋ ਗਏ। ਇਹ ਪਰਜਾ ਹੈ, ਸਾਨੂੰ ਕੋਈ ਤਕਲੀਫ ਆਊਗੀ ਤਾਂ ਹਾਕਮੋਂ ਤੁਹਾਡੇ ਕੰਨਾਂ ਤੱਕ ਗੱਲ ਪਹੁੰਚਾਵਾਂਗੇ। ਅਸੀਂ ਬਿਲਕ ਬਿਲਕ ਕੇ ਕਹਾਂਗੇ ਸਾਡੀ ਆਹ ਤਕਲੀਫ ਹੈ, ਸਾਡੀ ਸੁਣੋ, ਸਾਨੂੰ ਤੁਹਾਡੀਆਂ ਖੁਸ਼ੀਆਂ ਨਾਲ ਕੋਈ ਸ਼ਿਕਵਾ ਨਹੀਂ ਹੈ, ਪਰਮਾਤਮਾ ਕਰੇ ਤੁਹਾਡੇ ਘਰੇ ਰੋਸ਼ ਹੈ ਜਾਂ ਵਜਨ, ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਨੂੰ ਕਿਸੇ ਦੀ ਖੁਸ਼ੀ ਤੋਂ ਕੋਈ ਇਕਰਾਜ ਨਹੀਂ ਹੈ। ਪਰ ਸਾਡੇ ਵਿਹੜੇ ਬੈਣ ਨੇ, ਸਾਡੇ ਵਿਹੜੇ ਪਿੱਟਣੇ ਨੇ, ਇਹ ਆਵਾਜ਼ਾਂ ਤਾਂ ਤੁਹਾਡੇ ਤੱਕ ਪਹੁੰਚਣਗੀਆਂ। ਜੇ ਕੋਈ ਅੱਜ ਸਾਡੇ ਹੱਕ ਦੇ ਵਿੱਚ ਹਾਰਾ ਨਾਰਾ ਮਾਰਦਾ ਹੈ, ਉਹਨੂੰ ਵੀ ਪਰਚੇ ਦੀਆਂ ਧਮਕੀਆਂ ਨੇ। ਪਰ ਮੈਂ ਸਰਕਾਰ ਦੀ ਤੁਹਾਡੇ ਮੂਹਰੇ ਹੱਥ ਬੰਨ ਕੇ ਬੇਨਤੀ ਕਰਦਾ, ਕੁੜੀ ਦੇ ਪਰਚੇ ਕਰ ਦਿਓ ਦੱਸ, ਪਰ ਸਾਡਾ ਨਾਂ ਦੋਨਾਂ ਦਾ ਮੀਆਂ ਬੀਬੀ ਦਾ ਵਿੱਚ ਲਾਜ਼ਮੀ ਪਾ ਦਿਓ, ਅਸੀਂ ਜੇਲ੍ਹ ਦੇ ਵਿੱਚੋਂ ਕੁੜੀ ਦੇ ਨਾਲ ਬੈਠੇ। ਤੁਸੀਂ ਸਰਕਾਰ ਹੋ, ਮੈਂ ਤੁਹਾਨੂੰ ਪਰਚੇ ਦੇਣ ਤੋਂ ਨਹੀਂ ਰੋਕ ਸਕਦਾ, ਮੇਰੀ ਏਡੀ ਔਕਾਤ ਹੈ ਨਹੀਂ, ਪਰ ਮੈਂ ਜੇਲ੍ਹ ਦੇ ਵਿੱਚ ਔਖਾ ਸੌਖਾ ਜ਼ਰੂਰ ਬੈਠੂੰਗਾ। ਮੇਰੀ ਇੰਨੀ ਹੱਥ ਬੰਨ ਕੇ ਬੇਨਤੀ, ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਸੁਨੇਹਾ ਦਿੰਦਾ ਸਰਕਾਰ ਨੂੰ, ਜੇ ਤੁਹਾਨੂੰ ਲੱਗਦਾ ਕਿਸੇ ਦੇ ਬੈਣਾਂ ਦੀ ਟੀਸ ਕਿਸੇ ਕੁੜੀ ਦੇ ਮਨ ਦੇ ਵਿੱਚ ਹਿੰਮਤ ਪਈ ਹੈ,
उन्हें थोड़े कन्ना तक मुझे आई है तो गुनाहगार है सब वो चीज को पैदा करने वाले असि भी असं रोज रात को बिलकते हैं जो सू कंधा खाने आ शायद किसी बच्ची ने उस दर्द को भांप लिया होना है ओरी कलम के उत्ते शब्द आ गए होंगे उन्हें गुनाह करता है बाकी मैं पता दुनिया पत्थर की है पुत मरिया साडा मरिया चाहन वाले का मरिया है किसी को कोई फर्क नहीं पैंदा सिद्धू दे जान नाल फर्क पैंदा सानू पैंदा है चार महीने हो गए मैं इन्ना बोलना नहीं चाहता सी पर मैं गवर्नमेंट के वतीरे तो अट के बोलिया जे लोड़ पई तो फिर मैं इतनी सख्त कदम नहीं लेके दिखाऊंगा सरकारें कमजोर ना मन ली जिन्ना चिर जाने है इन्ना चिर सिद्धू का खून इन्ना रगां च चलता है दबना तो नहीं है इन्ना कहना होया वाहेगुरू जी का खालसा वाहेगुरू।